ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਗੁਰਦੁਆਰਾ ਰੀਠਾ ਸਾਹਿਬ ਤੋਂ ਪਰਤ ਰੇ ਸ਼ਰਧਾਲੂਆਂ ਨਾਲ ਭਰੀ ਬਾਸ ਪਲਟੀ 25 ਤੋਂ ਵੱਧ ਸ਼ਰਧਾਲੂ ਜ਼ਖਮੀ ਵੱਡੀ ਖਬਰ ਆ ਚੁੱਕਿਆ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਆਦ ਤੋ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਉੱਤਰਾਖੰਡ ਦੇ ਚੰਪਾਵਾ ਜ਼ਿਲ੍ਹੇ ਦੇ ਵਿੱਚ ਇੱਕ ਬਾਸ ਦੇ ਪਲਟਣ ਜਾਣ ਦੇ ਕਾਰਨ ਉਸ ਚ ਸਵਾਰ ਪੰਜਾਬ ਦੇ ਕਰੀਬ 25 ਸ਼ਰਧਾਲੂ ਜ਼ਖਮੀ ਹੋ ਗਏ ਇੰਨਾ ਵਿੱਚ ਸੱਤ ਦੀ ਹਾਲਤ ਗੰਬੀਰ ਦੱਸੀ ਜਾ ਰਹੀ ਹੈ ਪੁਲਿਸ ਤੋਂ ਮੇਰੀ ਜਾਣਕਾਰੀ ਅਸਰ ਦੁਰਘਟਨਾ ਐਤਵਾਰ ਦੀ ਰਾਤ ਰਾਸ਼ਟਰੀ ਰਾਜਮਾਰਗ ਤੇ ਵਾਪਰੀ ਕਟਨਾ ਸਥਾਨ ਤੇ ਪਹੁੰਚੀ ਪੁਲਿਸ ਨੇ ਐਸ ਡੀ ਆਰ ਐਫ ਦੇ ਨਾਲ ਰਾਹਤ ਦੇ ਬਚਾਅ ਅਭਿਆਨ ਚਲਾਇਆ ਜ਼ਖਮੀਆਂ ਨੂੰ ਚੰਪਾਵਾ ਜ਼ਿਲ੍ਹੇ ਦੇ ਹਸਪਤਲ ਪਹੁੰਚਾਇਆ ਗਿਆ ਜਿੰਨਾ ਵਿੱਚ ਸੱਤ ਦੀ ਹਾਲਤ ਨੂੰ ਦੇਖਦੇ ਹੋਏ ਉਹਨਾਂ ਨੂੰ ਹਲਦਾਬਨੀ ਦੇ ਸੁਸ਼ੀਲਾ Tiwari ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ। ਦੂਗਾ ਇੱਨਾ ਦੇ ਸਮੇਂ ਬਾਸ 'ਚ ਲਗਭਗ 50 ਹੱਲੂ ਸਵਾਰ ਸਨ ਜੋ ਚੰਪਾਵ ਵਿੱਚ ਰੀਠਾ ਸਾਹਿਬ ਮੱਠਾ ਦੇਖਣ ਤੋਂ ਬਾਅਦ ਪੰਜਾਬ ਵਾਪਸ ਪਰਤ ਰਹੇ ਸਨ। ਸਾਰ ਦਸ਼ਾ ਹਾਲੂ ਪੰਜਾਬ ਦੇ ਰੋਪੜ ਜ਼ਿਲ੍ਹੇ ਦੇ ਰੂਪਨਗਰ ਦੇ ਰਹਿਣ ਵਾਲੇ ਹਨ। ਬਾਕੀ ਖਬਰ ਨੂੰ ਅੰਤ ਤੱਕ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।